ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋ시 ਵੀ ਸਚੁ ਅਨੰਤ ਸ੍ਰੀ ਵਿਭੂਸ਼ਿਤ ਅਨੰਤਾਨੰਤਨੰਤ ਕੋਟੀ ਨਾਇਕ ਜਗਦਾਧਾਰ ਜਗਦੇਸ਼ਵਰ ਪ੍ਰਭੂ ਪਰਬ੍ਰਹਮ ਪਰਮੇਸ਼ਵਰ ਜ਼ਾਹਿਰਾ ਜ਼ਹੂਰ ਕਲਯੁਗ ਦੇ ਬੋਇਤ ਨਾਮ ਦੇ ਜਹਾਜ਼ ਹਲਤ ਪਲਤ ਦੇ ਰਾਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਅੱਜ ਦੇ ਸੰਤ ਸਮਾਗਮ ਵਿੱਚ ਜੁੜ ਬੈਠੀ ਸਾਧ ਸੰਗਤ ਰਸਨਾ ਪਵਿੱਤਰ ਕਰੋ ਉਚਾਰੋ ਸਤਨਾਮ ਫੇਰ ਉਚਾਰੋ ਸਤਨਾਮ ਜੀ ਵਾਹਿਗੁਰੂ ਉਚਾਰਨ ਕਰੋ ਸਤਨਾਮ ਜੀ ਵਾਹਿਗੁਰੂ ਅੱਜ ਦਾ ਇਹ ਸੰਤ ਸਮਾਗਮ ਸ਼ਹੀਦਾਂ ਦੇ ਸ਼ਿਰਤਾਜ ਸ਼ਾਂਤੀ ਦੇ ਪੁੰਜ ਪਰਮੇਸ਼ਵਰ ਦੇ ਹੁਕਮ ਨੂੰ ਸੱਤ ਮੰਨਣ ਵਾਲੇ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਤ ਦੇ ਸੰਬੰਧ ਵਿੱਚ ਕੀ ਆਖਿਆ ਸਾਧੂ ਵੇਖਦਾ ਕੀ ਹੈ ਸਾਧੂ ਸੁਣਦਾ ਕੀ ਹੈ ਸਾਧੂ ਜੀਵਨ ਵਿੱਚ ਕਰਦਾ ਕੀ ਹੈ ਸਤਿਗੁਰੂ ਇੱਕ ਬਚਨ ਕਰਨ ਲੱਗੇ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਉਹ ਸਰਵਤਰ ਬ੍ਰਹਮ ਵੇਖਦਾ ਹੈ ਉਸ ਪਰਮੇਸ਼ਵਰ ਦਾ ਰੂਪ ਵੇਖਦਾ ਹੈ ਹਰ ਦੇ ਵਿੱਚ ਪਰਮੇਸ਼ਵਰ ਨੂੰ ਵੇਖਦਾ ਹੈ ਇਸ਼ਾ ਵਾਸਯਮ इदं ਸਰਵਮ ਯਤਕਿੰਚ ਜਗਤਿਆਮ ਜਗਤ ਤੇਨ ਅਤਕਤੇਨ ਅਭੁੰਜੀਤਾ ਮਾ ਗ੍ਰਧ ਕस्य स्विਧਨਮ ਉਹ ਪ੍ਰਭੂ ਪਰਬ੍ਰਹਮ ਪਰਮੇਸ਼ਵਰ ਜਿਹੜਾ ਸਭ ਦੇ ਵਿੱਚ ਵਿਆਪਕ ਹੈ ਸੰਤ ਨੂੰ ਇਸ ਗੱਲ ਦੀ ਅਨੁਭੂਤੀ ਹੈ ਉਸਨੇ ਇਸ ਗੱਲ ਨੂੰ ਸਮਝ ਲਿਆ ਬ੍ਰह्म ਦੀਸੈ ਬ੍ਰह्म ਸੁਣੀਏ ਏਕ ਏਕ ਵਖਾਣੀ ਐ ਆਤਮ ਪਸਾਰਾ ਕਰਨ ਹਾਰਾ ਇਸ ਬਿਨਾ ਨਹੀਂ ਜਾਣੀ ਐ ਸਭ ਜਗ੍ਹਾ ਤੇ ਉਹ ਪ੍ਰਭੂ ਪਰਬ੍ਰਹਮ ਪਰਮੇਸ਼ਰ ਸਤਗੁਰੂ ਅਰਜਨਦੇਵ ਮਹਾਰਾਜ ਨੇ ਤਨਗੁਰੂ ਰਾਮਦਾਸ ਮਹਾਰਾਜ ਗੁਰਗੱਦੀ ਤੇ छह साल ग्यारह महीने अठारह दिन सुशुभत रहे समा बहुत थोड़ा सी कारज बड़ा बडा आरंभया। पवित्र सरोवर रामदास सरोवर नाते सब उतरे पाप कमाते उस सरोवर की कार सेवा आरंभ करवाई ਖੁਦਵਾਈ ਕਰਵਾਈ ਆਰੰਭ ਨਕਸ਼ਾਬਾਤ ਕਮਾਲ ਸੀ ਚਾਰ ਦਰਵਾਜ਼ੇ ਸਨ ਔਰ ਚਾਰੇ ਦਰਵਾਜ਼ਿਆਂ ਦੇ ਵਿੱਚੋਂ ਉਤਰ ਕੇ نیچے ਜਾਣਾ ਪੈਂਦਾ ਸੀ ਪਰਿਕਰਮਾ ਦੇ ਵਿੱਚ ਤੇ ਸਰੋਵਰ ਦੇ ਠੀਕ ਵਿਚਕਾਰ ਇੱਕ ਐਸੀ ਯੋਜਨਾ ਸੀ ਜਿਸ ਯੋਜਨਾ ਨੂੰ ਸਤਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਸੰਪੂਰਨ ਕੀਤਾ ਯੋਜਨਾ ਦੀ ਆਰੰਭਤਾ ਧੰਗੁਰੂ ਰਾਮਦਾਸ ਮਹਾਰਾਜ ਦੇ ਦੁਆਰਾ ਹੈ ਇਸ ਸਥਾਨ ਤੇ ਤੰਦਨ ਬਾਬਾ ਸ੍ਰੀ ਚੰਦ ਮਹਾਰਾਜ ਵੀ ਆਏ ਧੰਗੁਰੂ ਰਾਮਦਾਸ ਮਹਾਰਾਜ ਆਪ ਬਾਰਟਾ ਸਾਹਿਬ ਪਵਿੱਤਰ ਸਥਾਨ ਤੇ ਗਏ ਜਿੱਥੇ ਤੰਦਨ ਬਾਬਾ ਸ੍ਰੀਚੰਦ ਮਹਾਰਾਜ ਨੇ 36 ਵਰੇ ਤੱਕ ਤਪੱਸਿਆ ਕੀਤੀ ਸਦਾ ਪੱਤਰ ਦਿੱਤਾ ਉਸ ਸਥਾਨ ਤੇ ਕਿਰਪਾ ਕਰੋ ਚਰਨ ਮੁਬਾਰਕ ਕਰੋ ਸਾਧੂ ਦੀ ਚਰਨ ਛੋਹ ਦੇ ਨਾਲ ਉਹ ਸਥਾਨ ਪਵਿੱਤਰ ਹੋ ਜਾਵੇਗਾ ਤਨਗੁਰੂ ਰਾਮਦਾਸ ਮਹਾਰਾਜ ਨੇ ਅਜੇਹੀ ਬੇਨਤੀ ਕੀਤੀ ਤੰਦਨ ਬਾਬਾ ਸ੍ਰੀਚੰਦ ਮਹਾਰਾਜ ਪਹੁੰਚੇ ਪੁੱਛਿਆ ਇਸ ਸਥਾਨ ਦਾ ਨਾਮ ਕੀ ਹੈ ਰਾਮਦਾਸ ਜੀ ਗਿਰਾ ਅਲਾਈ ਰਾਮਦਾਸ ਚੱਕ ਕਹਿਤ ਲੁਕਾਈ ਸੰਸਾਰ ਦੇ ਲੋਕ ਇਸ ਨੂੰ ਰਾਮਦਾਸ ਚੱਕ ਨਾਮ ਦੇ ਨਾਲ ਜਾਣਦੇ ਹਨ ਪਟਾ ਨੇ ਵੀ ਇਸ ਪਵਿੱਤਰ ਸਥਾਨ ਨੂੰ RAMDAS ਸਰ ਦੇ ਨਾਲ ਸੰਬੋਧਿਤ ਕੀਤਾ ਹੈ ਡਿਠੇ ਸਬੇ ਥਾਉ ਨਹੀਂ ਤੁਧ ਜੇਆ ਬਦੋ ਪੁਰਖ ਵਿਧਾਤੇ ਤਹਾਂ ਤੂੰ ਸੋਹਿਆ ਵਸਦੀ ਸघन अपार अनੂਪ RAMDAS ਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਈਏ RAMDAS ਸਰ ਸੰਤੋ RAMDAS ਸਰੋਵਰ ਨੀਕਾ ਜੋ ਨਹਾਵੇ ਸੰਸਾਰ ਚ ਬੜੇ ਤੀਰਥ ਹਨ ਜਿਨ੍ਹਾਂ ਤੀਰਥਾਂ ਤੇ ਜਾ ਕੇ ਜਨਮ ਜਨਮਾਂ ਤਰਾ ਦੇ ਪਾਪ ਨਸ਼ਟ ਹੋ ਜਾਂਦੇ ਹਨ ਐਸੀ ਸ਼ਾਸਤਰ ਦੀ ਮੰਨਤਾ ਹੈ ਪਰ RAMDAS ਸਰੋਵਰ ਦੀ ਮੰਨਤਾ ਕੀ ਹੈ ਸਤਿਗੁਰੂ ਕਹਿਣ ਲੱਗੇ ਜੋ ਨਾਵੇ ਸੋ ਕੁੱਲ ਤਰਾਵੇ ਜਿਹੜਾ ਉੱਥੇ ਜਾ ਕੇ ਇਸ਼ਨਾਨ ਕਰੇਗਾ ਉਸ ਦਾ ਕੁੱਲਾਂ ਦਾ ਉਧਾਰ ਹੋ ਜਾਵੇਗਾ ਜੋ ਨਾਵੈ ਸੋ ਕੁੱਲ ਤਰਾਵੈ ਉਧਾਰ ਹੋਆ ਹੈ ਜੀ ਕਾ ਰੋ ਵਿਚਾਰ ਵਿੱਚ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਧਨ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਧਨ ਗੁਰੂ ਅਰਜਨ ਦੇ ਮਹਾਰਾਜ ਨੂੰ ਗੁਰਗੱਦੀ ਦਿੱਤੀ ਸ੍ਰੀ ਅੰਮ੍ਰਿਤਸਰ ਸਾਹਿਬ ਪਵਿੱਤਰ ਸਥਾਨ ਤੇ ਤੇ ਚਲੇ ਗਏ ਗੋਇੰਦਵਾਲ ਗੋਇੰਦਵਾਲ ਜਾ ਕੇ ਸਮਾਏ ਸਮਾ ਹੈ ਪਟ ਆਪਣੇ ਘਰੋਂ ਨਿਕਲ ਪਏ ਮਨ ਵਿੱਚ ਇਸ ਵਿਚਾਰ ਨਾਲ ਚਲੋ ਚਲੀਏ ਤੀਰਥਾਂ ਤੇ ਜਾ ਕੇ ਇਸ਼ਨਾਨ ਕਰੀਏ ਕੋਈ ਮਹਾਪੁਰਖ ਕੋਈ ਰੰਗਰਤੜੀ ਆਤਮਾ ਕੋਈ ਪਰਮੇਸ਼ਵਰ ਦਾ ਪਿਆਰਾ ਕੋਈ ਭਿਜਿਆ ਹੋਇਆ ਰੱਬ ਦੇ ਪਿਆਰ ਦੇ ਵਿੱਚ ਮਿਲ ਜਾਵੇਗਾ ਉਠ ਫਰੀਦਾ ਸੁੱਤੀ ਆ ਦੁਨੀਆ ਵੇਖਣ ਜਾ ਮਤ ਕੋਈ ਬਖਸ਼ਿਆ ਮਿਲਵਣੀ ਤੂੰ ਵੀ ਬਖਸ਼ਿਆ ਜਾ ਪਟ ਘਰੋਂ ਇਸ ਵਿਚਾਰ ਨਾਲ ਨਿਕਲੇ ਪਟ ਕਲ ਜੀ ਪਟ ਕਲ ਸਹਾਰ ਜੀ ਪਟ ਮਥੁਰਾ ਜੀ ਸਾਰੇ ਪਟ ਨਿਕਲੇ ਇਧਰੋਂ ਗੁਰੂ ਰਾਮਦਾਸ ਮਹਾਰਾਜ ਜੋਤੀ ਜੋਤ ਸਮਾ ਗਏ ਸਨ ਤੇ ਸੰਗਤਾਂ ਵੀ ਜਥਿਆਂ ਦੇ ਰੂਪ ਵਿੱਚ ਨਿਕਲ ਪਈਆਂ ਚਲੋ ਦਰਸ਼ਨ ਕਰੀਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਇਕ ਸੰਗਤ ਦਾ ਜਥਾ ਇਹ ਨਾ ਪੱਟਾਂ ਦੇ ਜਥੇ ਨੂੰ ਮਿਲ ਗਿਆ ਸੁਣਿਆ ਸੁਬਾ ਸੁਣੀ ਪਹਿਲੇ ਮਨੁੱਖ ਸੁਣਦਾ ਹੈ ਜਦੋਂ ਸੁਣਦਾ ਹੈ ਤੇ ਫਿਰ ਵੇਖਣ ਦੀ ਜਗਿਆਸਾ ਪੈਦਾ ਹੁੰਦੀ ਹੈ ਸ਼੍ਰੁਤਵਾ ਧਰਮ ਵਿਜਾਨਾਤਿ ਸ਼੍ਰੁਤਵਾ ਅਤਿਆਜਤੀ ਦੁਰਮਤੀ ਸੁਣਨ ਕਰਕੇ ਧਰਮ ਦਾ ਅੰਕੁਰ ਪੈਦਾ ਹੁੰਦਾ ਹੈ ਇਸ ਸੰਸਮਾਗਮ ਹਨ ਮਹਾਪੁਰਖਾਂ ਦੇ ਪਵਿੱਤਰ ਪਾਵਨ ਵਿਚਾਰ ਸੁਣ ਰਹੇ ਹੋ ਕਿਉਂ ਸੁਣਨ ਦਾ ਬੜਾ ਮਹਾਤਮ ਹੈ ਸਤਗੁਰੂ ਨਾਨਕ ਦੇਵ ਮਹਾਰਾਜ ਇੱਕ ਗੱਲ ਕਹਿਣ ਲੱਗੇ ਸੁਣ ਸੁਣ ਅੰਧੇ ਪਾਵੈ ਰਾਹ ਅੰਧਾ ਪੁਰਖ ਹੈ ਨਾ ਅੰਧੇ ਪੁਰਖ ਨੂੰ ਰਾਹ ਦਾ ਗਿਆਨ ਨਹੀਂ ਪਰ ਉਹ ਆਵਾਜ਼ ਸੁਣਦਾ ਹੈ ਆਵਾਜ਼ ਸੁਣਦਾ ਹੈ ਉਸੇ ਪਾਸੇ ਚਲਾ ਜਾਂਦਾ ਹੈ ਸਾਡੇ ਅੰਦਰ ਵੀ ਅ ਗਿਆਨਤਾ ਰੂਪੀ ਹਨੇਰਾ ਹੈ ਭਗਵਾਨ ਕ੍ਰਿਸ਼ਨ ਇੱਕ ਗੱਲ ਆਖਣ ਲੱਗੇ ਨਾ ਦੱਤੇ ਕਸ਼ਯ ਚਿਤ ਪਾਪਮ ਨ ਚੈਵ ਸੁਕ੍ਰਤਮ ਵਿਭੂ ਅ ਗਿਆਨੇ ਨਵ੍ਰਤਮ ਗਿਆਨਮ ਤੈਨ ਮੁਹੀ ਅੰਤੀ ਜੰਤਵਹ ਅ ਗਿਆਨ ਨੇ ਗਿਆਨ ਤੇ ਪਰਦਾ ਪਾਇਆ ਹੋਇਆ ਹੈ ਤੇ ਬ੍ਰਹਮ ਗਿਆਨੀ ਪੁਰਸ਼ ਤਤਵੇਤਾ ਪੁਰਸ਼ ਆਤਮਦਰਸ਼ੀ ਪੁਰਸ਼ ਜਿਨ੍ਹਾਂ ਦੀ ਯਾਦ ਵਿੱਚ ਤੁਸੀਂ ਜੁੜ ਬੈਠੇ ਹੋ ਅਜੇ ਸੰਤ ਮਹਾਪੁਰਸ਼ ਗਿਆਨ ਤੋਂ ਅ ਗਿਆਨ ਰੂਪੀ ਪਰਦਾ ਹਟਾ ਦਿੰਦੇ ਹਨ सुनना चाहता है सुनना बहुत आखा है मेरे पूज महापुरुख स्वामी ईश्वरदास महाराज जी एक बचन करते सन कि परमेश्वर ने दो कान देते हैं रसना एक दिती है इसका भाव की होया कि जितना मनुख बोलता है घट्टो घट इस दुगना तो जरूर सुने कान दो हैं। रसना एक है ਪਰ ਸੁਨਣਾ ਹੈ ਬਹੁਤ ਔਖਾ ਜੇ ਚਾਰ ਪੁਰਖ ਖੜੇ ਹੋਣ ਆਪੋ ਵਿੱਚ ਗੱਲਾਂ ਕਰ ਰਹੇ ਹੋਣ ਤੇ ਹਰ ਮਨੁੱਖ ਇੱਕ ਗੱਲ ਆਖੇਗਾ ਪਹਿਲੇ ਮੇਰੀ ਗੱਲ ਸੁਣ ਸੁਨਣਾ ਬਹੁਤ ਔਖਾ ਹੈ ਸੁਣਾਉਣਾ ਬਹੁਤ ਸਰਲ ਹੈ ਸੁਨਾਤਾ ਜਾ ਰਹਾ ਹੈ ਜਿੰਨਾ ਜਿਸੇ ਯਾਦ ਹੁੰਦਾ ਹੈ ਪਰ ਸੁਨਣ ਵਾਸਤੇ ਧੀਰਤਾ ਚਾਹੀਦੀ ਹੈ ਪੇਸ਼ੈਂਸ ਚਾਹੀਦੀ ਹੈ ਸੁਨਣ ਵਾਸਤੇ ਮਨ ਵਿੱਚ ਰੁਚੀ ਚਾਹੀਦੀ ਹੈ वृत्ति दी एकाग्रता चाहिदी है जब तक वृत्ति एकाग्र नहीं होवेगी तब तक आखेगा सुनते मैं रिया सा पर मेरा ध्यान नहीं सी सुनना चाहिदा है की सुनना है संत जना कापे खन सब ब्रह्म संत जना के हृदय सब धर्म संत दे हृदय विच धर्म दी भावना है ओ धर्म दी गल करदा है ਤੇ ਧਰਮ ਦੇ ਬਾਰੇ ਹੀ ਸੁਣਨਾ ਚਾਹੀਦਾ ਹੈ ਸ਼ਰੂਯੇ ਤਾਮ ਧਰਮ ਸਰਵਸਵਮ ਸ਼੍ਰੁਤ ਤਦਾ ਵਧਾਰਯ ਤਾਮ ਸੁਣਨਾ ਚਾਹੀਦਾ ਹੈ ਸੁਣ ਕੇ ਉਸ ਬਚਨ ਨੂੰ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ ਨਹੀਂ ਤੇ ਸੁਣਨ ਦਾ ਲਾਭ ਵੀ ਕੋਈ ਨਹੀਂ ਇੱਕ ਕਹਾਣੀ ਹੈ ਇੱਕ ਰਾਜੇ ਦੇ ਪਾਸ ਇੱਕ ਵਿਅਕਤੀ ਤਿੰਨ ਮੂਰਤੀਆਂ ਲੈ ਕੇ ਆ ਗਿਆ ਕਹਿਣ ਲੱਗਾ ਇਸ ਦਾ ਮੁਲਾਂਕਣ ਕਰਉਣਾ ਹੈ ਕੀ ਮੁੱਲ ਹੈ ਇਸ ਦਾ ਸਾਰਿਆਂ ਨੂੰ ਪੁੱਛਿਆ ਗਿਆ ਕੋਈ ਜਵਾਬ ਦੇਣ ਵਿੱਚ ਸਮਰਥ ਨਹੀਂ ਸੀ ਕਿਸੇ ਨੇ ਸਮਝਿਆ ਹੋਵੇ ਤੇ ਕਿਸੇ ਨੇ ਅਨੁਭਵ ਕੀਤਾ ਹੋਵੇ ਤੇ ਦੱਸੇ ਉਸ ਪਰਮੇਸ਼ਵਰ ਬਾਰੇ ਲੋਕ ਗੱਲਾਂ ਕਰਦੇ ਚਲੇ ਜਾ ਰਹੇ ਹਨ ਪਰ ਦਸਨਾ ਬਹੁਤ ਔਖਾ ਹੈ ਉਹ ਹੈ ਕਿ ਉਸ ਦਾ ਸਰੂਪ ਕਿਉਂ ਜਿਆ ਹੈ ਉਹ ਕਿੱਥੇ ਰਹਿੰਦਾ ਹੈ ਇਹ ਤਾਂ ਕੋਈ ਮਹਾਪੁਰਖ ਦੱਸ ਸਕੇਗਾ ਸਾਰਿਆਂ ਕੋਲ ਪੁੱਛਿਆ ਗਿਆ ਪਰ ਇੱਕ ਵਿਦਵਾਨ ਨੇ ਇੱਕ ਪਤਲੀ ਜਈ ਸਿਲਾਈ ਬਨਵਾਈ ਇੱਕ ਕੰਨ ਵਿੱਚ ਪਾਈ ਇੱਕ ਮੂਰਤੀ ਦੇ ਦੂਜੇ ਕੰਨ ਵਿੱਚ ਨਿਕਲ ਗਈ ਕਹਿਣ ਲਗਾ ਰਾਜਨ ਸੁਣ ਇਸ ਮੂਰਤੀ ਦਾ ਤੇ ਕੋੜੀ ਵੀ ਮੁੱਲ ਨਹੀਂ ਬਹੁਤ ਸਾਰੇ ਇਹੋ ਜਿਹੇ ਸ਼ਰੋਤਾ ਹਨ ਜਿਹੜੇ ਸੁਣਦੇ ਹਨ ਪਰ ਬਾਹਰ ਜਾ ਕੇ ਪੁੱਛੋ ਕੀ ਸੁਣਿਆ ਸੁਣਨ ਵਿੱਚ ਤੇ ਬੜਾ ਚੰਗਾ ਲੱਗ ਰਿਹਾ ਸੀ ਸਵਾਦ ਵੜਾ ਰਿਹਾ ਸੀ ਪਰ ਧਿਆਨ ਨਹੀਂ ਰਿਹਾ ਯਾਦ ਨਹੀਂ ਰਿਹਾ ਜੇ ਧਿਆਨ ਹੁੰਦਾ ਤੇ ਯਾਦ ਵੀ ਜ਼ਰੂਰ ਰਹਿੰਦਾ ਸੁਣਨ ਦਾ ਲਾਭ ਤੇ ਤਾਂ ਹੀ ਹੈ ਸਤਿਗੁਰੂ ਕਹਿਣ ਲੱਗੇ ਸੁੰਨਤ ਕਮਾਵਤ ਸੁਣ ਕੇ ਬਚਨ ਕਮਾਏ ਕਿ ਨਹੀਂ ਕਮਾਏ ਸਤਿਗੁਰੂ ਬਚਨ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਪਗਵੰਦਨਾ ਉਹਨਾਂ ਸੰਤਾਂ ਦੇ ਚਰਨਾਂ ਤੇ ਅੱਜ ਵੀ ਅਸੀਂ ਨਮਸ਼ਕਾਰ ਕਰ ਰਹੇ ਆ ਜਿਨ੍ਹਾਂ ਨੇ ਆਪਣੇ ਬਜ਼ੁਰਗਾਂ ਦੇ ਬਚਨ ਨੂੰ ਕਮਾਇਆ ਆਪਣੇ ਹਿਰਦੇ ਵਿੱਚ ਧਾਰਨ ਕੀਤਾ ਪਹਿਲੇ ਸੁਣਿਆ ਫਿਰ ਹਿਰਦੇ ਵਿੱਚ ਵਸਾਇਆ ਸੁਨਣਾ ਬਹੁਤ ਔਖਾ ਹੈ ਸੁਨਤ ਕਮਾਵਤ ਹੋ ਤੇ ਉਧਾਰ ਸਿਲਾਈ ਦੂਜੀ ਮੂਰਤੀ ਦੇ ਕੰਨ ਵਿੱਚ ਪਾਈ ਉਹ ਮੂੰਹ ਦੇ ਵਿੱਚੋਂ ਨਿਕਲ ਗਈ ਕਿਨ ਲਗਾ ਇਸ ਦਾ ਕੁਝ ਮੁੱਲ ਤੇ ਹੈ ਪਰ ਇਹ ਵੀ ਬਹੁਤੀ ਮੁੱਲ ਵਾਲੀ ਨਹੀਂ ਤੀਜੀ ਮੂਰਤੀ ਦੇ ਕੰਨ ਵਿੱਚ ਸਿਲਾਈ ਪਾਈ ਉਹ ਬਾਹਰ ਨਿਕਲੀ ਨਹੀਂ ਕਹਿਣ ਲੱਗਾ ਬਾਦਸ਼ਾਹ ਇਸ ਦਾ ਮੌਲਿਕ ਹੋਈ ਨਹੀਂ ਕਿਵੇਂ ਮੁਲਾਂਕਣ ਕੀਤਾ ਪਹਿਲੀ ਮੂਰਤੀ ਦੇ ਕੰਨ ਵਿੱਚ ਪਾਈ ਦੂਜੀ ਕੰਨ ਵਿੱਚ ਨਿਕਲ ਗਈ ਉਹ ਤੇ ਇੱਕ ਕੰਨੋਂ ਸੁਣਿਆ ਦੂਜੇ ਕੰਨੋਂ ਕੱਢ ਦਿੱਤਾ ਦੂਜੀ ਇੱਕ ਕੰਨੋਂ ਸੁਣਿਆ ਤੇ ਉਹ ਜੋ ਸੁਣਿਆ ਉਹ ਸੁਨਾ ਦਿੱਤਾ ਉਸ ਨੂੰ ਹਿਰਦੇ ਵਿੱਚ ਵਸਾਇਆ ਨਹੀਂ ਉਸ ਤੇ ਅਮਲ ਨਹੀਂ ਕੀਤਾ ਉਸ ਤੇ ਆਚਰਨ ਨਹੀਂ ਕੀਤਾ ਜੀਵਨ ਵਿੱਚ ਜੋ ਸੁਣਿਆ ਹੈ ਜੇ ਉਸ ਤੇ ਆਚਰਨ ਕੀਤਾ ਤੇ ਲਾਭ ਹੈ ਨਹੀਂ ਤੇ ਕੋਈ ਲਾਭ ਨਹੀਂ ਇਥੋਂ ਸੁਣ ਲਿਆ ਸੱਚ ਬੋਲਣਾ ਚਾਹੀਦਾ ਹੈ ਧਰਮ ਨ ਦੂਸਰ ਸਤ ਸਮਾਨਾ ਸੁਣ ਲਿਆ ਸੱਚੋਂ ਔਰ ਹੈ ਸਭ ਕੋ ਉੱਪਰ ਸੱਚ ਆਚਾਰ ਸੁਣ ਲਿਆ ਸੁਣ ਲਿਆ ਦਇਆ ਕਰਨੀ ਚਾਹੀਦੀ ਹੈ ਅਹਿੰਸਾ ਦੇ ਮਾਰਗ ਤੇ ਚੱਲਣਾ ਚਾਹੀਦਾ ਹੈ ਸੰਤ ਦੀ ਸੰਗਤ ਦੇ ਵਿੱਚ ਸੰਤ ਸਮਾਗਮ ਵਿੱਚ ਇਹੋ ਸੁਣਨ ਨੂੰ ਮਿਲੇਗਾ ਪਰ ਬਾਹਰ ਜਾ ਕੇ ਇਹਨਾਂ ਬਚਨਾਂ ਤੇ ਅਮਲ ਹੀ ਨਹੀਂ ਕੀਤਾ ਬਾਹਰ ਜਾ ਕੇ ਕਹਿਣ ਲੱਗਾ ਝੂਠ ਬੋਲਣ ਦੇ ਬਿਨਾਂ ਤੇ ਸੰਸਾਰ ਦਾ ਕਾਰੋਬਾਰ ਹੀ ਨਹੀਂ ਚੱਲਦਾ ਫਿਰ ਕੀ ਲਾਭ ਹੋਇਆ ਸੁਣਨ ਦਾ शुरुयता सुरुयतां धर्म सर्वस्वं धर्म दे बारे ਸੁਣੋ श्रुत्वा तदा वधार्यतां सुनके ਉਹਨਾਂ ਬਚਨਾਂ ਤੇ ਅਮਲ ਕਰੋ आत्मनः प्रतिकूलानि धर्म दी ਪਰਿਭਾਸ਼ਾ ਕੀ ਹੈ ਜੋ ਤੁਹਾਡੇ ਆਪਣੇ ਅਨੁਕੂਲ ਨਹੀਂ ਉਹੋ ਜਿਹਾ ਵਿਹਾਰ ਦੂਜਿਆਂ ਨਾਲ ਨਾ ਕਰੋ आत्मनः प्रतिकूलानि ਪਰੇਸ਼ਾਮ ਨ ਸਮਾਚਰੇਤ ਅਜਿਹੇ ਵਿਹਾਰ ਜਿਹੜਾ ਤੁਹਾਨੂੰ ਆਪਣੇ ਪ੍ਰਤੀ ਚੰਗਾ ਨਹੀਂ ਲੱਗਦਾ ਇਹੋ ਜਿਹਾ ਵਿਹਾਰ ਦੂਜਿਆਂ ਨਾਲ ਨਾ ਕਰੋ ਇਹ ਧਰਮ ਦੀ ਪਰਿਭਾਸ਼ਾ ਹੈ ਤੇ ਇਹ ਪਰਿਭਾਸ਼ਾ ਸੰਤ ਦੱਸਦੇ ਹਨ ਸੰਤ ਜਨਾ ਸੁਨੇ ਸੁਭ ਬਚਨ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕ ਹਰਦਾ ਸਭ ਧਰਮ ਸੰਤ ਜਨਾ ਸੁਣੈ ਸੁਭ ਬਚਨ ਸਾਧੂ ਕੇਵਲ ਸੁਭ ਬਚਨ ਸੁਣਦਾ ਹੈ ਕੇਵਲ ਸੱਤ ਦੀ ਬਾਤ ਸੁਣਦਾ ਹੈ ਉਹ ਅਸੱਤ ਦੀ ਗੱਲ ਹੀ ਨਹੀਂ ਕਰਦਾ ਤਨ ਗੁਰੂ ਅਰਜਨ ਦੇਵ ਮਹਾਰਾਜ ਤਨ ਗੁਰੂ RAMDAS ਮਹਾਰਾਜ ਦੇ ਉਸ ਯੋਜਨਾ ਨੂੰ ਜਦੋਂ ਪੂਰਾ ਕਰਨ ਸੰਬੰਧ ਵਿੱਚ ਸੋਚਿਆ ਠੀਕ ਸਰੋਵਰ ਦੇ ਵਿਚਕਾਰ ਸ਼੍ਰੀ ਹਰਮੰਦਰ ਸਾਹਿਬ ਦੀ ਸਾਜਣਾ ਹੋਣੀ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚ ਦੇ ਸਿਰਜਨਹਾਰ ਹਨ ਪਟਾਣੇ ਇੱਕ ਗੱਲ ਆਖੀ ਗੁਰੂ ਅਰਜਨ ਸੱਚ ਸਿਰਜਨਹਾਰਾ ਉਹਨਾਂ ਨੇ ਸੱਚ ਦੀ ਸਿਰਜਣਾ ਕੀਤੀ ਹੈ ਹਰਮੰਦਰ ਸਾਹਿਬ ਦੀ ਸਿਰਜਣਾ ਦੇ ਸੰਬੰਧ ਵਿੱਚ ਸੋਚਿਆ ਤੇ ਨਹੀਂ ਕਿਸ ਤੋਂ ਰਖਾਈ ਜਾਏ ਕੌਣ ਮਹਾਪੁਰਖ ਹੈ ਕੌਣ ਫਕੀਰ ਹੈ ਜਿਹੜਾ ਰੱਬ ਤੱਕ ਪਹੁੰਚਿਆ ਹੋਇਆ ਹੈ ਜਿਹੜਾ ਪਰਮੇਸ਼ਵਰ ਦਾ ਨਿਜ ਰੂਪ ਹੈ ਜਿਹੜਾ ਇਸ ਸਰੂਪ ਵਿੱਚ ਪਹੁੰਚ ਗਿਆ ਹੈ ਹਰ ਹਰ ਜਨ ਦੁਈ ਇੱਕ ਹੈ ਵਿਭ ਵਿਚਾਰ ਕਛ ਨਾ ਹੈ ਜਲਤੀ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾ ਹੈ ਸਾਈ ਮੀਆਂ ਮੀਰ ਤੇ ਨਿਗਾਹ ਪਈ ਇਹੋ ਜਿਹਾ ਮਹਾਪੁਰਖ ਕੋਈ ਨਹੀਂ ਇਹੋ ਜਿਹਾ ਫਕੀਰ ਕੋਈ ਨਹੀਂ ਇਹ ਤੇ ਮੁਸਲਮਾਨ ਹੈ ਪਰ ਇੱਥੇ ਤੇ ਗੁਰੂ ਘਰ ਦੇ ਵਿੱਚ ਤਾਂ ਸਤਕਾਰਯੋਗ ਬਾਬਾ ਜੀ ਕੋ ਬਚਨ ਕਰਿਆ ਕਰਦੇ ਹਨ ਮੱਕਾ ਮੇ ਤੋਂ ਮੁਸਲਮਾਨ ਕੋ ਵੀ ਕਹਿ ਦਿੰਦੇ ਹੈ ਕਾਫਰ ਗੁਰੂ ਘਰ ਮੇ ਤਾਂ ਕਾਫਰ ਕੋ ਵੀ ਕਾਫਰ ਨਹੀਂ ਕਹਤੇ ਇੱਥੇ ਗੁਰੂ ਘਰ ਹੈ ਇਥੇ ਤੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋਦਾ ਸੰਦੇਸ਼ ਹੈ ਇਥੇ ਤੇ ਸਭੇ ਸਾਂਝੀ ਵਾਲ ਸਦਾਇ ਕੋਈ ਨ ਦਿਸੈ ਬਹਾਰਾ ਜਿਓ ਇਥੇ ਤੇ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸਭ ਬ੍ਰਹਮ ਹੀ ਬ੍ਰਹਮ ਹੈ ਸਭ ਆਪਣਾ ਹੀ ਆਪਣਾ ਹੈ ਕੋਈ ਪਰਾਇਆ ਹੈ ਹੀ ਨਹੀਂ ਨਾ ਕੋ ਬੈਰੀ ਨਾਹਿ ਬਿਗਾਨਾ ਜੇਸ ਪਵਿੱਤਰ ਸਥਾਨ ਤੇ ਬੈਠੇ ਹੋ ਇਸ ਸੰਪਰਦਾ ਦੇ ਮੋਢੀ ਹੰਤਾਂ ਭਾਈ ਕਨਈਆ ਜੀ ਜਲ ਤੋ ਦੁਸ਼ਮਨਾ ਨੂੰ ਵੀ ਪਿਲਾਉਂਦਾ ਹੈ ਸਤਗੁਰਦੇਵ ਜੀ ਕੋਈ ਦੁਸ਼ਮਨ ਵੀ ਹੈ ਤੁਸੀਂ ਤੇ ਮੈਨੂੰ ਜਲ ਪਿਲਾਉਣ ਦੀ ਸੇਵਾ ਦਿੱਤੀ ਹੈ ਮੈਨੂੰ ਤੁਸੀਂ ਦੱਸਿਆ ਹੀ ਨਹੀਂ ਕੋਈ ਦੁਸ਼ਮਨ ਵੀ ਹੈ ਤੁਸੀਂ ਤੇ ਮੈਨੂੰ ਇਹ ਉਪਦੇਸ਼ ਦਿੱਤਾ ਹੈ ਨਾ ਕੋ ਬੈਰੇ ਨਹੀਂ ਬਿਗਾਨਾ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਇਤੇ ਤੇ ਕੋਈ ਦੁਸ਼ਮਨ ਹੈ ਹੀ ਨਹੀਂ ਕੋਈ ਪਰਾਇਆ ਹੈ ਹੀ ਨਹੀਂ ਤਨ ਹੈ ਭਾਈ ਕਨਈਆ ਤੂੰ ਤੇਰੀ ਐਸੀ ਬ੍ਰਹਮ ਦ੍ਰਿਸ਼ਟੀ ਹੈ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਾ ਹਿਰਦੈ ਸਭ ਧਰਮ ਸੰਤ ਜਨਾ ਸੁਨੇ ਸੁਭ ਬਚਨ ਇੱਕ ਹੋਰ ਗੱਲ ਕਹਿਣ ਲੱਗੇ ਸਰਬ ਵਿਆਪੀ RAM ਸੰਗ ਰਚਨ ਉਹਨਾਂ ਦੀ ਜਿਹੜੀ ਸਾਹਜ ਹੈ ਨਾ ਉਹ ਉਸ ਪ੍ਰਭੂ ਪਰਬ੍ਰह्म ਪਰਮੇਸ਼ਵਰ ਦੇ ਨਾਲ ਹੈ ਜਿਹੜਾ ਸਰਵ ਵਿਆਪਕ ਹੈ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਉਹ ਪ੍ਰਭੂ ਪਰਬ੍ਰह्म ਪਰਮੇਸ਼ਵਰ ਘਟ ਘਟ ਦੇ ਵਿੱਚ ਵਿਆਪਕ ਹੈ ਐਸੀ ਦ੍ਰਿੜਤਾ ਕੌਣ ਕਰਾਉਂਦੇ ਹਨ ਸੰਤ ਜਨ ਮਹਾਪੁਰਖ ਜਨ ਐਸੇ ਸੰਤਾਂ ਦੀ ਪਵਿੱਤਰ ਯਾਦ ਵਿੱਚ ਮਹਾਪੁਰਖਾਂ ਦੀ ਪਵਿੱਤਰ ਯਾਦ ਵਿੱਚ ਤਨਤਨ ਬਾਬਾ ਜੁਵਾਰ ਸਿੰਘ ਜੀ ਮਹਾਰਾਜ तंदन बाबा भगत सिंह जी महाराज, तंदन संत बाबा सतकार योग जिन्ह के प्रतख दर्शन किते महापुरुख संत बाबा तारा सिंह जी महाराज साधु का एक करम है परोपकार करना ब्रह्म गयानी परोपकार ਅਜਿਹੇ ਮਹਾਪੁਰਖ ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪਰਉਪਕਾਰ ਕੀਤਾ ਪਰਉਪਕਾਰਾਏ ਸਤਾਮ ਵਿਭੂਤਯ ਅਜਿਹੇ ਮਹਾਪੁਰਖਾਂ ਦੀ ਪਵਿੱਤਰ ਪਾਵਨ ਯਾਦ ਵਿੱਚ ਅੱਜ ਦਾ ਇਹ ਸੰਤ ਸਮਾਗਮ ਉਹਨਾਂ ਮਹਾਪੁਰਖਾਂ ਦੇ ਚਰਨਾਂ ਤੇ ਬਾਰੰਬਾਰ ਨਮਸਕਾਰ ਹਰ ਸੰਤਨ ਕਰ ਨਮੋ ਨਮੋ ਹਰ ਸੰਤਨ ਕਰ ਨਮੋ ਨਮੋ ਹਰ ਸੰਤਨ ਕਰ ਨਮੋ ਨਮੋ ਸਤਨਾਮ સતના